ਅੱਜ ਮੇਰਾ ਕੰਟੇਨਰ ਆਇਆ, ਆਪਣਾ ਪਹਿਲਾ ਕੰਟੇਨਰ ਜਾ ਰਿਹਾ ਆ ਮੈਲਬਰਨ। ਸਮਾਨ ਨਹੀਂ ਹੋਣਾ ਸੀ ਜ਼ਿੰਦਗੀ ਵਿੱਚ, ਅਤੇ ਪਹਿਲਾ ਕੰਟੇਨਰ, ਉਹਦੀਆਂ ਤਿਆਰੀਆਂ ਚੱਲਦੀਆਂ, ਝਾੜੂ ਝੂੜੂ ਲਾ ਰਹੇ ਆ। ਆਸਟ੍ਰੇਲੀਆ ਦੀ ਕਈ ਕਸਟਮ ਕਲੀਅਰ ਕਰਾਉਣੀ ਬਹੁਤ ਔਖੀ ਆ। ਮਿੱਟੀ 90% ਮਿੱਟੀ ਵੀ ਨਹੀਂ ਲੱਗਣੀ ਚਾਹੀਦੀ ਹੈਗੀ। ਲੱਗੇ ਬੰਦੇ ਛੱਡੇ ਹੋਏ, ਮੈਂ ਉੱਧਰ ਵੀ ਛੱਡੇ ਹੋਏ, ਉਹ ਉੱਧਰ ਗੰਗਾ ਨਾਲ ਪਾਣੀ ਭਰਦਾ ਹੈ। ਬਸ ਝਾੜ ਝੂੜ ਲਾ ਕੇ ਫਿਰ ਸਾਹ ਚੜ੍ਹ ਗਿਆ ਕਿਤੇ। ਮੈਨੂੰ ਬੇੜਾ ਸੁੰਦਰ ਜਾਣ ਪਤਾ ਨਹੀਂ ਕਿੰਨੇ ਸਾਲ ਹੋ ਗਏ। ਅਤੇ ਬਾਕੀ ਤਾਂ ਦਿਖਾਉਂਦੇ ਹਾਂ ਤੁਹਾਨੂੰ ਮੇਲਾ, ਅੱਜ ਮੇਲਾ ਲੱਗਣਾ। ਸਾਡੇ ਮਿਹਨਤੀ ਬੰਦੇ, ਮਿਹਨਤੀ ਕਾਰੋਬਾਰ ਕਾਰੋਬਾਰੀ ਅੰਕਲ ਜੀ ਅਸੀਂ ਵੇਟ ਕਰਦੇ ਪਏ ਹਾਂ 10 ਵਜਣ ਦੀ। ਅਸੀਂ 10 ਵਜੇ ਲੋਡ ਕਰਨਾ, ਮੂਹਰਤ ਕਢਾਇਆ ਆ ਗਾਬੇ ਨੇ। ਵੇਟ ਕਰੋ ਵੇਟ ਕਰੋ। ਵੇਟ ਕਰੋ ਡਿਨਰ ਦਾ ਮੂੰਹ ਖੋਲਤਾ, ਵਿੱਚ ਬੜੀ ਹਵਾੜ ਸੀ। ਸਾਡੇ ਮੈਸਤਰੀ ਸਾਹਿਬ, ਸਾਡੀ ਮੈਸਤਰਾਣ ਵਿਹਲੇ ਵਿਹਲੇ ਖੜੇ ਆ। ਜੇ ਕਿਸੇ ਨੇ ਮੈਸਤਰ ਪੁਣਾ ਸਿੱਖਣਾ ਭਾਈ ਤੋਂ ਸਿੱਖ ਲਓ, ਹੈ ਨਾ। ਮਕਾਨ ਬਣਾਉਣੇ ਸਿੱਖ ਲਓ, ਬੰਦਿਆਂ ਦੀ ਲੋੜ ਆ। ਅੱਜ ਇੰਟਰਵਿਊ ਪਿੰਡ ਗੁੜੇ ਵਿੱਚ ਲੇਬਰ ਦਿਹਾੜੀ ਦਿੱਤੀ ਜਾਊਗੀ। ਗਾਣੇ ਬੰਦ ਕਰੋ। ਪੋਚਾ ਲਾਉਣਾ ਇਹਦੇ ਚ, ਲੱਕੜ ਦੇ ਉੱਤੇ ਪੋਚਾ ਕਾਹ ਲਾਉਣਾ ਹੁੰਦਾ। ਮਾੜਾ ਜਿਹਾ ਲਾਉਂਦੇ ਆ ਨਾ, ਸੁੱਕਾ ਸੁੱਕਾ ਸੁੱਕ ਬਰੂਗਾ ਵੀ ਬਰੂ ਲਾ ਜਾਓ। ਅੰਕਲ ਕਪੜਾ ਹੈਗਾ ਪੋਚਾ ਲਾਉਣ ਨੂੰ, ਇਹ ਪੈਰ ਧੋ ਕੇ
ਪਾਣੀ ਤੇ ਲੈ ਲੋ ਡੱਬੇ ਚ ਪਾਣੀ ਦੇ ਦੋ ਬਸ ਪਾਲੇ ਨੂੰ ਕੰਮ ਤੇ ਲਾ ਦਿੰਦੀ ਅੱਜ ਵੀ ਜਦੋਂ ਆਈ ਤੇ ਕੰਟੇਨਰ ਚ ਪੋਚਾ ਲਵਾ ਪਾਣੀ ਲੈ ਜਾ ਕੇ ਚੰਗੀ ਤਰ੍ਹਾਂ ਲਾਉਣਾ ਠੀਕ ਹੈ ਪੋਚਾ ਤਰਪੈਲਾਂ ਵਿਛਾ ਕੇ ਜੁੱਤੀਆਂ ਲਾ ਲਿਓ ਇੱਕ ਇੱਕ ਟੈਰ ਲਾਈ ਜਾਣਾ ਸਾਫ ਕਰੀ ਜਾਣਾ ਤੇ ਆਪਾਂ ਵਿੱਚ ਟਕਾਈ ਜਾਣਾ ਇੱਕ ਇੱਕ ਰੋਹ ਕਰਕੇ ਲਾਉਣਾ ਵਾ ਚੱਲ ਜਰਾਬਾ ਲਾ ਪਹਿਲਾਂ ਵਰਤਿਆ ਨੀ ਕਦੀ ਰੱਖ ਜਾ ਬਸ ਇੱਧਰ ਨੂੰ ਖੂੰਜੇ ਤੇ ਪਛਾ ਭਰ ਦੇਣਾ ਫੋਨ ਮੇਰਾ ਛੇ ਦਿਨ ਥੱਲੇ ਵਾਲਾ ਨਾ ਬਣ ਦੇ ਦੇ ਲੋ ਜੇ ਜੇ ਪਿਓ ਕਹਿੰਦਾ ਬਈ ਤੇ ਪੋਚਾ ਲਾਵੇ ਕਹਿੰਦਾ ਲੈ ਪੋਚੇ ਲਾਉਂ ਤੇ ਨਹੀਂ ਆਪਣੀ ਜ਼ਿੰਮੇਵਾਰੀ ਲੈ ਲੈ ਕਦੇ ਹੁੰਦਾ ਹੈ ਉਹ ਵੀਰੇ ਬੜਾ ਪੋਚਾ ਲਾ ਯਾਰ ਆਓ ਮੜੋ ਯਾਰ ਉਹ ਬਾਹਰ ਜਿਹੜੀ ਸੀਗੀ ਨਾ ਉਹ ਆ ਰਹੀ ਆ ਰਹੀ ਆ ਰਹੀ ਬਾਹਰ ਜਿਹੜਾ ਕੱਪੜਾ ਜਿੰਦਾ ਮੈਂ ਅੰਦਰ ਲਾਇਆ ਸੋ ਚੱਕ ਲਓ ਬਾਲਟੀ ਤੇ ਮੜੇ ਹੋਰ ਸੱਟ ਲਾਉਂਗਾ ਜੱਤ ਹਾਂ ਬੂਰਾ ਰੱਖ ਕੇ ਨੇ
ਜੇ ਮਾਂ ਦੀ ਤੇ ਮੰਨ ਲਈਏ ਮੇਰੇ ਸੁੱਖੇ ਦਾ ਹੋਈ ਹੈ ਮੰਨੀ ਅਸੀਂ ਵੀ ਨਹੀਂ ਜੀ ਆਹ ਥੋੜੀ ਬਹੁਤੀ ਤਾਂ ਮੰਨ ਲਈ ਦੀ ਨਾ ਹੀ ਪੱਪੂਗਾ ਕੰਮ ਤਾਂ ਨੀ ਪੱਪੂ ਨਾ ਹੀ ਕਰ ਦੇ ਲੋਡਿੰਗ ਹੋਈ ਜਾਂਦੀ ਆ ਜੇ ਬੇਲ ਹੋਊ ਤਾਂ ਆਪ ਸਾਨੂੰ ਬੇਲ ਹੈ ਨਹੀਂ ਇੱਕ ਜਿਹੜਾ ਬੜਾ ਸੀ ਬੜੇ ਸਾਈ ਉਹਦੇ ਵਿੱਚ ਵੀ ਪਾਏ ਇਹਨਾਂ ਨੂੰ ਤਿੰਨਾਂ ਜਗਾੜ ਬਣਾ ਦੇ ਤਿੰਨਾਂ ਦੇ ਵਿੱਚ ਪੂਰੀ ਟਾਈਮ ਕਵਰ ਹੋ ਜੂਗੀ ਜੀ ਹੋਰ ਦੇਖੋ ਤੇ ਲੋਡਿੰਗ ਹੋ ਗਈ ਆ ਲਗਭਗ ਲਗਭਗ ਸਾਡਾ ਐਸਟੀਮੇਟ ਸੀਗਾ ਟਾਇਰਾਂ ਦਾ ਇੰਨੇ ਕੁ ਟਾਇਰ ਬਚ ਗਏ ਤੇ ਬਚੇ ਨਹੀਂ ਮਤਲਬ ਇਹਨਾਂ 'ਚ ਵੀ ਕਰਾਂਗੇ ਹੀ ਅਤੇ ਆਹ ਹੁਣ ਫਾਈਨਲ ਕਰਦੇ ਪਏ ਆ ਇੱਕ ਸਾਈਡ ਬੰਦ ਕਰਕੇ ਫਿਰ ਤੁੰਨਾਂਗੇ ਵਿੱਚ ਟਾਇਰ ਇਹਦੇ ਚਲੋ ਸਤਿ ਨਾਮ ਸ਼੍ਰੀ ਵਾਹਿਗੁਰੂ ਸੋਨਿਆ ਸਤਿ ਸ਼੍ਰੀ ਅਕਾਲ ਹੈ ਹੱਥ ਭਰੇ ਕਰਨਾ ਚਲੋ
ਲੋ ਜੀ ਆਪਣਾ ਕੰਟੇਨਰ ਹੋ ਗਿਆ ਕੰਪਲੀਟ। ਜੇ ਮੰਨ ਲਓ ਟਰੱਕ ਇੱਥੋਂ ਦੀ ਨਹੀਂ ਲੰਘਦਾ ਡੈਡੀ ਦੀ ਬੁਝਾਰ ਤੇ 1-2 ਇੰਚ ਹੀ ਰਹਿੰਦਾ ਆ, ਪਰ ਮੈਂ ਟਰੱਕ ਅੰਦਰ 4 ਇੰਚ ਤੱਕ ਟਰੱਕ ਅੰਦਰ ਵਾੜ ਦੂੰਗਾ। ਹਵਾ ਘਟਾ ਲੈ ਪੈਰਾਂ ਦੀ। ਡਰਾਈਵਰ ਆ ਜਿਹੜਾ ਆ ਟਾਇਰ ਰਹਿ ਗਏ ਇੰਨੇ ਕ, ਚਲੋ ਕੋਈ ਨੀ ਇਹ ਸਾਡੀਆਂ ਤਵੀਆਂ ਨੂੰ ਪੈ ਜਾਣੇ ਆ। ਬਰਾਉਨ ਕੁੜੀ ਬਰਾਉਨ ਕੁੜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਹੋ ਗਿਆ ਆਪਣਾ ਕੰਟੇਨਰ ਲੋਕ ਜੀ, ਕੰਟੇਨਰ ਨੂੰ ਲੋਕ ਲਾ ਦਿੱਤਾ ਆ ਤੇ ਅੱਗੇ ਉਹਨਾਂ ਨੇ ਜੋ ਵੀ ਕਸਟਮ ਕਰਵਾ ਕੇ ਆਪਣਾ ਸਾਨੂੰ ਦੱਸ ਦੇਣਗੇ। ਤੇ ਉਹ ਖੜੀ ਮੇਰੀ ਗੱਡੀ ਯਾਰ, ਉਹਦੇ ਪਿੱਛੇ ਫੋਟੋ ਪਤਾ ਨਹੀਂ ਕਹਿਣ ਲਾਤੀ। ਤੇ ਉਸ ਤੋਂ ਬਾਅਦ ਚਲੋ ਫਿਰ ਇੱਥੇ ਆਪਾਂ ਅੱਜ ਦਾ ਵਲੋਗ ਕਰਦੇ ਹਾਂ ਖਤਮ, ਤੇ ਤੁਹਾਨੂੰ ਦੱਸਾਂਗੇ ਜਦੋਂ ਇਹ ਆਸਟ੍ਰੇਲੀਆ ਪਹੁੰਚ ਜਾਊਗਾ, ਉਸ ਤੋਂ ਬਾਅਦ ਇਹਦੀ ਵੀਡੀਓ ਸ਼ੇਅਰ ਕਰਾਂਗੇ ਕੰਟੇਨਰ ਦੇ ਵਿੱਚ ਦੇ ਸਮਾਨ ਦੀ। ਉਹ ਆ ਦੇਖੀ ਇੱਕ ਗਾਮੇ ਹੋਣਾ।